30 ਸਾਲ ਹੋ ਗਏ ਲੱਗੀ ਇਹ ਤਾਂ ਹੀ ਅਸੀਂ ਆਏ ਹਾਂ। ਜਿਹੜਾ ਕੁਛ ਇੱਥੇ ਮਿਲਦਾ ਕਿਤੋਂ ਵੀ ਨਹੀਂ ਮਿਲਦਾ, ਮਿਲ ਵੀ ਨਹੀਂ ਸਕਦਾ। ਜੋ ਸੰਦੇਸ਼ ਦਿੰਦੇ ਆ ਵੀ ਅਸੀਂ ਹਰ ਧਰਮ ਨੂੰ ਮੰਨਦੇ ਹਾਂ, ਤਾਂ ਮਤਲਬ ਡੇਰਾ ਸੱਚਾ ਸੌਦੇ ਦੇ ਇਸ ਧਰਮ ਨੂੰ ਹੀ ਮੰਨਦੇ ਆ, ਉਹ ਵੀ ਸਾਰੇ ਰਾਮ ਜੋ ਹੈ ਸਭ ਇੱਕ ਹੈ ਜੀ। ਬਾਈ ਜੀ ਮੈਨੂੰ ਨਾਮ ਲੈਣ ਨੂੰ ਘੱਟੋ ਘੱਟ 17-18 ਸਾਲ ਹੋ ਗਏ ਨੇ ਜੀ। ਅਸੀਂ ਵੀ ਆ ਰਹੇ ਹਾਂ, ਸਾਡੇ ਬੱਚੇ ਵੀ ਆ ਰਹੇ ਨੇ, ਸਾਡੇ ਬਜ਼ੁਰਗ ਵੀ ਸਾਡੇ ਨਾਲ ਆਏ ਹੋਏ ਨੇ, ਅਸੀਂ ਸਾਰੇ ਬੜੀ ਸ਼ਰਧਾ ਨਾਲ ਆਉਂਦੇ ਹਾਂ ਜੀ। ਅਸੀਂ ਪਹਿਲਾਂ ਮੇਰੇ ਡੈਡੀ ਖਾਂਦੇ ਸੀਗਾ ਜੀ, ਉਹ ਛੱਡ ਗਏ ਜੀ, ਨਾਮ ਲਿਆ ਹੋਇਆ, ਬਹੁਤ ਵਧੀਆ, ਬਹੁਤ ਖੁਸ਼ੀ ਆਈ ਸਾਨੂੰ ਤਾਂ। ਵਧੀਆ ਨਸ਼ਾ ਹੀ ਛਡਾ ਰਿਹਾ, ਬਿਮਾਰੀਆਂ ਤੋਂ ਦੂਰ ਕਰ ਰਿਹਾ, ਭੁੱਖੀ ਤੋਂ ਦੂਰ ਕਰ ਰਿਹਾ, ਬੀੜੀਆਂ ਤੋਂ ਦੂਰ ਕਰ ਰਿਹਾ। ਤਿੱਖੀ ਤਿੱਖੀ ਨਜ਼ਰੇ ਤੇਰੀ, ਜੇਠ ਹਾੜ ਦੀ ਧੁੱਪ ਵਰਗੀ, ਜਦ ਵੀ ਮਿਲਦੇ ਇੱਕ ਹੀ ਦੇਖੀ, ਚੁੱਪ ਮਹਿਕਦੇ ਫੁੱਲ। ਕਦੇ ਕਦੇ ਆਉਂਦੇ ਸਾਡੇ ਵਿਹੜੇ, ਯਾਰ ਦੀਦਾਰ ਹੋ ਜਾਂਦੇ, ਪਲ ਤੋਂ ਪਲ ਲਈ ਆਉਂਦੇ ਸੱਜਣ, ਫਿਰ ਕਹੀ ਕਿਤੇ ਖੋ ਜਾਂਦੇ। ਉਡੀਕ ਰਹਾ ਮੈਂ ਤੇਰੀ ਉਡੀਕ ਵਿੱਚ, ਸਾਡੀ ਗਲੀ ਕਿਤੇ ਆ ਜਾਵੇ, ਜਦ ਵੀ ਆਵੇ ਚਾਹ ਚੜ ਜਾਂਦਾ, ਕਲੀਏ ਮੈਂ ਕੰਗੜਾ ਜਾਵੇ, ਵੇ ਜਦ ਵੀ ਆਵੇ ਚਾਹ ਚੜ ਜਾਂਦਾ, ਕਲੀਏ ਮੈਂ ਕੰਗੜਾ ਜਾਵੇ। ਤੁਸੀਂ ਵੇਖ ਲਓ ਸੱਚ ਕਹੂੰ ਮੈਂ ਪ੍ਰਿੰਸ ਗਰਗ, ਇਸ ਵੇਲੇ ਅਸੀਂ ਮੌਜੂਦ ਹਾਂ ਪੰਜਾਬ ਦੇ ਰਾਜਗੜ੍ਹ ਡੇਰਾ ਸਲਾਮਤਪੁਰਾ ਦੇ ਵਿੱਚ, ਜਿੱਥੇ ਅੱਜ ਡੇਰਾ ਸੱਚਾ ਸੌਦਾ ਦੀ ਦੂਜੀ ਪਾਤਸ਼ਾਹੀ ਪਰਮ ਪਿਤਾ ਸ਼ਾਸਤਨਾਮ ਸਿੰਘ ਜੀ ਮਹਾਰਾਜ ਜੀ ਦਾ ਜੋ ਅਵਤਾਰ ਦਿਵਸ ਹੈ, ਪਾਕ ਪਵਿੱਤਰ ਅਵਤਾਰ ਦਿਵਸ ਨੂੰ MSG ਭੰਡਾਰੇ ਦੇ ਰੂਪ ਦੇ ਵਿੱਚ ਸਾਧ ਸੰਗਤ ਮਨਾ ਰਹੀ ਹੈ। ਸਵੇਰ ਤੋਂ ਹੀ ਤੁਹਾਨੂੰ ਦੱਸਦੀ ਹੈ ਸਾਧ ਸੰਗਤ ਆਉਣਾ ਸ਼ੁਰੂ ਹੋ ਗਈ ਸੀ, ਲੱਖਾਂ ਦੀ ਤਾਦਾਦ ਦੇ ਵਿੱਚ ਸਾਧ ਸੰਗਤ ਪਹੁੰਚ ਚੁੱਕੀ ਹੈ। ਠੰਡ ਦਾ ਕਹਿਰ ਵੀ ਬੜਾ ਜ਼ਾਰੀ ਹੈ, ਠੰਡ ਆਪਣੇ ਸਿਤਮ ਦੇ ਉੱਪਰ ਹੈ, ਲੇਕਿਨ ਫਿਰ ਵੀ ਸਾਧ ਸੰਗਤ ਆਉਣਾ ਬੰਦ ਨਹੀਂ ਹੈ। ਇਹਨਾਂ ਨਾਲ ਗੱਲਬਾਤ ਕਰਦੇ, ਇਹਨਾਂ ਨੂੰ ਜਾਣਦੇ ਹਾਂ ਆਖਿਰ ਐਸਾ ਕੀ ਕਾਰਨ ਹੈ। ਸਾਨੂੰ ਲੱਗੀ ਹੈ ਜੀ ਇਹ, ਸਾਨੂੰ 33 ਸਾਲ ਹੋ ਗਏ ਲੱਗੀ ਹੈ ਇਹ, ਤਾਂ ਹੀ ਅਸੀਂ ਆਏ ਹਾਂ। ਸਾਡਾ ਮੁਰਸ਼ਦ ਪਿਆਰੇ ਦਾ ਜਨਮ ਦਿਹਾੜਾ, ਅਸੀਂ ਆਵਾਂਗੇ। ਸਾਨੂੰ 33 ਸਾਲ ਹੋ ਗਏ ਆਉਂਦਿਆਂ ਨੂੰ, ਸਾਨੂੰ ਜੋ ਖੁਸ਼ੀਆਂ ਇਸ ਦਰਬਾਰ ਵਿੱਚੋਂ ਮਿਲੀਆਂ ਉਹ ਕਿਤੋਂ ਵੀ ਨਹੀਂ ਮਿਲੀਆਂ, ਤਾਂ ਕਰਕੇ ਅਸੀਂ ਇਸ ਦਰਬਾਰ ਨਾਲ ਜੁੜੇ ਹੋਏ ਹਾਂ ਅਤੇ ਜੁੜੇ ਹੀ ਰਹਾਂਗੇ। ਐਸਾ ਕਿਆ ਕਾਰਨ ਹੈ ਕਿ ਠੰਡ ਮੇਂ ਲੋਕ ਤੋਂ ਘਰ ਸੇ ਬਾਹਰ ਨਿਕਲਣਾ ਵੀ ਸੋਚ ਨਹੀਂ ਰਹੇ ਵੀ ਸ਼ਾਇਦ ਬਾਹਰ ਨਿਕਲੇ, ਔਰ ਆਪ ਸ਼ਾਇਦ ਉਮਰ ਵੀ ਕਾਫੀ ਫਿਰ ਵੀ ਉਸ ਦੇ ਬਾਵਜੂਦ ਪਹੁੰਚੇ ਹੋ? ਜਦੋਂ ਸਤਿਗੁਰ ਨਾਲ ਪੱਕੀ ਯਾਰੀ ਹੋਵੇ ਠੰਡ ਸਾਨੂੰ ਕੀ ਕਹਿ ਸਕਦੀ ਹੈ, ਕੁਛ ਨਹੀਂ ਕਹਿ ਸਕਦੀ ਠੰਡ। ਤੁਹਾਡੇ ਨਾਲ ਇੱਕ ਇੱਥੇ ਸ਼ਖਸ ਹੋਰ ਮੌਜੂਦ ਨੇ ਕਾਫੀ, ਕੀ ਨਾਮ ਹੈ ਤੁਹਾਡਾ, ਕਿੱਥੋਂ ਆਏ ਹੋ? ਕੁਲਵੰਤ ਸਿੰਘ ਜੀ ਨਾਲ ਸੰਗਲਾ। ਤੁਹਾਡੀ ਕਿੰਨੀ ਉਮਰ ਹੈ? ਮੇਰੀ 50 ਸਾਲ ਦੀ ਹੈ। ਇੰਨੀ ਉਮਰ ਦੇ ਬਾਵਜੂਦ ਅੱਜ ਬਹੁਤ ਠੰਡ ਸੀਗੀ, ਸਵੇਰੇ ਦੇਖ ਰਹੇ ਸੀ ਧੁੰਦ ਵੀ ਕਾਫੀ ਸੀ, ਫਿਰ ਵੀ ਤੁਸੀਂ ਅੱਜ ਇੱਥੇ ਪਹੁੰਚੇ ਹੋ, ਕੀ ਕਾਰਨ ਹੈ ਐਸਾ? ਅਸੀਂ 6 ਵਜੇ ਉੱਠੇ ਹੋਏ ਹਾਂ ਜੀ ਆਉਣ ਦੇ ਵਾਸਤੇ, ਸਾਨੂੰ ਕੋਈ ਠੰਡ ਠੁੰਡ ਦਾ ਫਰਕ ਨਹੀਂ ਗਾ, ਮਾਲਕ ਦੀ ਕਿਰਪਾ ਹੈ। 26 ਸਾਲ ਹੋ ਗਏ ਨਾਮ ਲਏ ਨੂੰ, ਪੂਰੀ ਦਿਆ ਮਿਹਰ ਹੈ। ਅੱਛਾ ਜੀ, ਐਸਾ ਕੀ ਕਾਰਨ ਹੈ ਕਿ ਤੁਸੀਂ ਦੱਸ ਲਓ ਕਾਫੀ 26 ਸਾਲ ਹੋ ਗਏ ਨਾਮ ਲਏ, ਫਿਰ ਵੀ ਡੇਰੇ ਆ ਰਹੇ ਹੋ, ਕੀ ਮਿਲਦਾ ਇੱਥੋਂ ਐਸਾ? ਜਿਹੜਾ ਕੁਛ ਇੱਥੇ ਮਿਲਦਾ ਕਿਤੋਂ ਵੀ ਨਹੀਂ ਮਿਲਦਾ, ਮਿਲ ਵੀ ਨਹੀਂ ਸਕਦਾ, ਪੂਰਾ ਸਤਿਗੁਰੂ ਜਿਹੜਾ ਇੱਥੇ ਸਾਨੂੰ ਨਜ਼ਾਰਾ ਹੋਰ ਕਿਤੇ ਨਹੀਂ। ਗੁਰੂ ਜੀ ਨੇ ਇੱਕ ਰੀਸੈਂਟਲੀ ਮੈਂ ਸੁਣਿਆ ਕਿ ਰਾਮ ਮੰਦਿਰ 'ਤੇ ਪ੍ਰਾਣ ਪ੍ਰਤਿਸ਼ਠਾ 'ਤੇ ਇੱਕ ਸ਼ਬਦ ਕੱਢਿਆ, ਤੁਸੀਂ ਉਹਨੂੰ ਕਿਵੇਂ ਦੇਖਦੇ ਹੋ? ਕਿਉਂਕਿ ਅਕਸਰ ਲੋਕਾਂ ਦੇ ਵਿੱਚ ਇੱਕ ਪ੍ਰਸ਼ੰਸਾ ਕਹਿ ਲਓ ਜਾਂ ਕੁਛ ਵੀ ਕਹਿ ਲਓ ਭੈ ਸੀ ਹੈਗਾ ਕਿ ਬਾਬਾ ਇਕੱਲਾ ਆਪਣਾ ਹੀ ਕਰਦੇ ਨੇ, ਲੇਕਿਨ ਇਸ ਵਾਰ ਰਾਮ ਜੀ ਦਾ ਹੀ ਭਜਨ ਕੱਢਤਾ।
ਜਿਹੜਾ ਸ਼ਬਦ ਕੱਢਿਆ ਪਿਤਾ ਜੀ ਨੇ, ਹਜ਼ੂਰ ਪਿਤਾ ਜੀ ਨੇ, ਪੂਰੇ ਆਲ ਵਾਰਡ ਦੇ ਵਿੱਚ ਚੱਲ ਰਿਹਾ ਜੀ, ਉਹ ਬਹੁਤ ਹੀ ਵਧੀਆ ਹੈ। ਕਿਉਂਕਿ ਇਹ ਵੀ ਮਤਲਬ ਆਪਾਂ ਕਹਿ ਸਕਦੇ ਹਾਂ ਵੀ ਹਜ਼ੂਰ ਪਿਤਾ ਜੀ ਜੋ ਸੰਦੇਸ਼ ਦਿੰਦੇ ਆ ਵੀ ਅਸੀਂ ਹਰ ਧਰਮ ਨੂੰ ਮੰਨਦੇ ਹਾਂ, ਤਾਂ ਮਤਲਬ ਡੇਰਾ ਸੱਚਾ ਸੌਦੇ ਦੇ ਇਸ ਧਰਮ ਨੂੰ ਵੀ ਮੰਨਦੇ ਆ, ਉਹ ਵੀ ਸਾਰੇ ਰਾਮ ਜੋ ਹੈ ਸਭ ਇੱਕ ਹੈ ਜੀ। ਜੋ ਪਿਤਾ ਜੀ ਨੇ ਸ਼ਬਦ ਕੱਢਿਆ ਪੂਰੇ ਆਲ ਵਾਰਡ ਦੇ ਵਿੱਚ, ਬਹੁਤ ਹੀ ਵਧੀਆ ਇਹਦੀ ਸ਼ਲਾਘਾ ਜੋ ਕਰ ਰਿਹਾ, ਹਰ ਇਨਸਾਨ ਗਾ ਵੀ ਰਿਹਾ ਹੈ ਨਾਲ। ਕੀ ਨਾਮ ਆਪਣਾ, ਕਿੱਥੋਂ ਆਏ ਹੋ? ਧੰਨ ਧੰਨ ਸਤਿਗੁਰੂ ਤੇਰੇ ਆਸਰਾ। ਬਾਈ ਜੀ ਮੈਂ ਖਾਨੇਵਾਲ ਪਿੰਡ ਤੋਂ ਆਇਆ, ਜ਼ਿਲ੍ਹਾ ਪਟਿਆਲਾ, ਪੰਜਾਬ। ਹਾਂਜੀ, ਤੁਸੀਂ ਕਾਫੀ ਵਾਰਡ ਤੈਅ ਕਰਕੇ ਆਏ ਹੋ, ਐਸਾ ਕੀ ਕਾਰਨ ਹੈ? ਕਾਫੀ ਠੰਡ ਵੀ ਹੋ ਰਹੀ ਹੈ ਅੱਜ, ਕਿਉਂ ਆਏ ਹੋ ਅੱਜ? ਬਾਈ ਜੀ ਸਾਡਾ ਸਤਿਗੁਰ ਹੈ, ਪੂਰਾ ਸਾਡਾ ਸਤਿਗੁਰ ਹੈ, ਸਾਨੂੰ ਉੱਥੇ ਬਹੁਤ ਭਰੋਸਾ ਹੈ। ਅੱਜ 25 ਜਨਵਰੀ ਅਸੀਂ ਮਨਾਉਣ ਵਾਸਤੇ ਆਏ ਹਾਂ। ਅੱਜ ਕੀ ਖਾਸ ਕਾਰਨ 25 ਜਨਵਰੀ ਨੂੰ? ਅੱਜ 25 ਜਨਵਰੀ ਹੈ ਜੀ, ਇਸ ਕਰਕੇ ਅਸੀਂ ਅੱਜ ਭੰਡਾਰੇ ਦੇ ਤੌਰ 'ਤੇ 25 ਜਨਵਰੀ ਮਨਾਉਣ ਵਾਸਤੇ ਡੇਰਾ ਸਲਾਮਤਪੁਰਾ ਵਿਖੇ ਆਏ ਹਾਂ ਜੀ ਅੱਜ। ਤੁਸੀਂ ਕਦੋਂ ਤੋਂ ਲਗਾਤਾਰ ਆ ਰਹੇ ਹੋ ਡੇਰੇ? ਬਾਈ ਜੀ ਮੈਨੂੰ ਨਾਮ ਲੈਣ ਨੂੰ ਘੱਟੋ ਘੱਟ 17-18 ਸਾਲ ਹੋ ਗਏ ਨੇ ਜੀ। ਅਸੀਂ ਵੀ ਆ ਰਹੇ ਹਾਂ, ਸਾਡੇ ਬੱਚੇ ਵੀ ਆ ਰਹੇ ਨੇ, ਸਾਡੇ ਬਜ਼ੁਰਗ ਵੀ ਮੇਰੇ ਨਾਲ ਆਏ ਹੋਏ ਨੇ, ਅਸੀਂ ਸਾਰੇ ਬੜੀ ਸ਼ਰਧਾ ਨਾਲ ਆਉਂਦੇ ਹਾਂ ਜੀ ਅਸੀਂ। ਬਾਬਾ ਜੀ ਕੀ ਨਾਮ ਆਪਣਾ? ਚੰਨਨ ਰਾਮ ਜੀ। ਕਿੰਨੀ ਉਮਰ ਹੋ ਗਈ? ਮੇਰੀ ਹੋ ਗਈ 65 ਸਾਲ। 65 ਸਾਲ, ਠੰਡ ਬਹੁਤ ਹੈ ਫਿਰ ਵੀ ਤੁਸੀਂ ਆਏ ਹੋ ਅੱਜ? ਹਾਂਜੀ। ਕੀ ਕਰ ਰਹੇ ਹੋ? ਮੈਂ ਕਰ ਰਿਹਾ ਜੀ, ਸਾਡਾ ਸਤਿਗੁਰ ਵਧੀਆ ਕੰਮ ਚਲਾ ਰਿਹਾ, ਵਧੀਆ ਨਸ਼ੇ ਛਡਾ ਰਿਹਾ, ਬਿਮਾਰੀਆਂ ਤੋਂ ਦੂਰ ਕਰ ਰਿਹਾ, ਭੁੱਖੀ ਤੋਂ ਦੂਰ ਕਰ ਰਿਹਾ, ਬੀੜੀਆਂ ਤੋਂ ਦੂਰ ਕਰ ਰਿਹਾ, ਵਧੀਆ ਚੱਲ ਰਿਹਾ ਕੰਮ। ਬਿਲਕੁਲ, ਤੁਸੀਂ ਜ਼ਿਕਰ ਕੀਤਾ ਭੁੱਕੀ ਦਾ, ਪੰਜਾਬ 'ਚ ਨਸ਼ਾ ਬਹੁਤ ਚੱਲ ਰਿਹਾ, ਅਤੇ ਉਹਨੂੰ ਖਾਂਦੇ ਨਹੀਂ, ਅਸੀਂ ਲੋਕਾਂ ਨੂੰ ਕਹਿੰਦੇ ਹਾਂ ਵੀ ਛੱਡੋ, ਸਤਿਗੁਰ ਦੀ ਕਿਰਪਾ ਛੱਡਤੀ, ਭੁੱਕੀ ਖਾਂਦੇ ਸੀਗੇ, ਛੱਡਾਤੀ ਉਹਨਾਂ ਨੇ ਜੀ, ਬਹੁਤ ਬਹੁਤ। ਹਾਂਜੀ, ਅਸੀਂ ਪਹਿਲਾਂ ਮੇਰੇ ਡੈਡੀ ਖਾਂਦੇ ਸੀਗਾ ਜੀ, ਉਹ ਛੱਡ ਗਿਆ ਜੀ, ਨਾਮ ਲਿਆ ਹੋਇਆ, ਬਹੁਤ ਵਧੀਆ, ਬਹੁਤ ਖੁਸ਼ੀ ਆਈ ਸਾਨੂੰ ਤਾਂ, ਬਹੁਤ ਬਹੁਤ ਖੁਸ਼ੀ ਆਈ ਸਾਨੂੰ ਤਾਂ ਡੇਰੇ ਆਣ ਕੇ ਜੀ। ਅਸੀਂ ਘਰ ਦੇ ਵਿੱਚ 12-13 ਮੈਂਬਰ ਹਾਂ ਜੀ, ਸਾਰੇ ਡੇਰੇ ਨਾਲ ਜੁੜੇ ਹੋਏ ਜੀ, ਕਲਵਾਣੂ ਪਿੰਡ ਹੈ ਜੀ ਮੇਰਾ, ਪੰਜਾਬ 'ਚ ਪੈਂਦਾ ਜੀ, ਪਟਿਆਲਾ ਡਿਸਟ੍ਰਿਕਟ ਹੈ ਜੀ। ਬਹੁਤ ਨਜ਼ਾਰਾ ਜੀ ਜਦੋਂ ਤੋਂ ਜੁੜੇ ਹੋਏ ਡੇਰੇ ਨਾਲ, ਬਹੁਤ ਬਹੁਤ ਫੁੱਲ ਝੋਲੀਆਂ ਭਰਤੀਆਂ ਸਾਡੀਆਂ, ਕੋਈ ਕਮੀ ਨਹੀਂ ਛੱਡੀ ਜੀ ਅੱਜ ਟਾਈਮ ਦੇ ਵਿੱਚ। ਬਾਕੀ ਮਾਲਕ ਨੂੰ ਪਤਾ ਜੀ ਕੀ ਕਰਨਾ ਅੱਗੇ ਜੀ। ਕੀ ਨਾਮ ਹੈ ਜੀ ਆਪਣਾ? ਮੇਰਾ ਨਾਮ ਮੱਖਣ ਲਾਲ, ਮਾਨਸਾ ਤੋਂ ਮੈਂ ਅੱਛਾ ਆਇਆ, ਇੱਥੇ ਅਸੀਂ ਸੇਵਾ ਕਰਨ ਆਏ ਹਾਂਗੇ, ਇੱਥੇ ਅਸਲ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਆ ਗੁਰੂ ਜੀ ਤੋਂ। ਪਹਿਲਾਂ ਅਸੀਂ ਬਹੁਤ, ਸਾਨੂੰ ਜੋ ਸਾਡੀ ਸੰਸਕ੍ਰਿਤੀ ਸੀ ਅਸੀਂ ਬਿਲਕੁਲ ਭੁੱਲ ਚੁੱਕੇ ਸੀਗੇ, ਜੋ ਸਾਨੂੰ ਗੁਰੂ ਜੀ ਦੇ ਮਿਲ ਦੇ ਨਾਲ ਸਾਨੂੰ ਸੰਸਕ੍ਰਿਤੀ ਦਾ ਸਾਰਾ ਕੁਝ ਪਤਾ ਲੱਗਿਆ, ਔਰ ਸਾਨੂੰ ਜਦ ਜੀਵਨ ਜਿਉਣ ਦਾ ਸਹੀ ਢੰਗ ਦਾ ਪਤਾ ਲੱਗਿਆ, ਮਾਇਨੇ ਦਾ ਪਤਾ ਲੱਗਿਆ, ਇਸ ਕਰਕੇ ਅਸੀਂ ਇੱਥੇ ਆਉਣੇ ਹਾਂ। ਤੁਸੀਂ ਕਦੋਂ ਤੋਂ ਆ ਰਹੇ ਹੋ ਡੇਰੇ? ਅਸੀਂ ਡੇਰੇ ਤੋਂ ਲਗਭਗ, ਸਾਡੀ ਤਾਂ 3rd ਪੀੜ੍ਹੀ ਆ ਰਹੀ ਹੈ, ਮੇਰੇ ਪਹਿਲਾਂ ਬਾਬਾ ਜੀ ਆ ਰਹੇ ਸੀਗੇ, ਸਾਨੂੰ 1970 ਤੋਂ, 1980 ਮੇਰੇ ਫਾਦਰ ਸਾਹਿਬ ਨੇ ਨਾਮ ਲਿਆ, 1992 ਤੋਂ ਅਸੀਂ ਲਗਾਤਾਰ ਨਾਮ 'ਤੇ ਲਗਾਤਾਰ ਸੇਵਾ 'ਤੇ ਆ ਰਹੇ ਹੈਗੇ, ਅਤੇ ਸਾਨੂੰ ਬਹੁਤ ਕੁਛ ਇੱਥੇ। ਤੁਸੀਂ ਜ਼ਿਕਰ ਕੀਤਾ ਕਿ ਤੁਹਾਡੀ 3rd ਪੀੜ੍ਹੀ ਇੱਥੇ ਆ ਰਹੀ ਹੈ, ਤਾਂ ਬਹੁਤ ਵੱਡੀ ਗੱਲ ਹੈ, ਕਿਸੇ ਚੀਜ਼ ਨੂੰ ਅਸੀਂ ਜਦੋਂ ਪਰਖ ਰਹੇ ਹਾਂ ਫਿਰ ਹੀ ਲੈਂਦੇ ਹਾਂ, 2 ਘੜੀ ਕੱਪੜਾ ਵੀ ਚੂਜ਼ ਕਰਕੇ ਲੈ ਕੇ ਆਉਂਦੇ ਹਾਂ, ਲੇਕਿਨ ਤੁਹਾਡੀ 3rd ਪੀੜ੍ਹੀ ਇੱਥੇ ਤੱਕ ਆ ਰਹੀ ਹੈ, ਐਸਾ ਕੀ ਕਾਰਨ? ਤੁਸੀਂ ਇੱਥੋਂ ਕੀ ਦੇਖਿਆ ਐਸਾ ਇੱਥੇ, ਜਾਂ ਕੀ ਸਿੱਖਿਆ ਕਿ ਆਪਣੇ ਬੱਚੇ ਦੀ ਗਾਹਾਂ ਬੱਚੇ ਤੁਸੀਂ ਇੱਥੇ ਆ ਰਹੇ ਹੋ? ਇੱਥੇ ਤੁਹਾਨੂੰ ਸਿੱਖਣ ਨੂੰ ਬਹੁਤ ਕੁਛ ਮਿਲਿਆ, ਇੱਥੇ ਸਾਨੂੰ ਸਭ ਤੋਂ ਵੱਧ ਮਾਨਤਾ ਭਲਾਈ ਦੇ ਜੋ ਕਾਰਜ ਕੀਤੇ ਜਾਂਦੇ ਡੇਰੇ ਵੱਲੋਂ, ਉਹ ਸਭ ਤੋਂ ਵੱਧ ਇਸੇ ਕੀਤੇ ਜਾਂਦੇ ਆ, ਜੋ ਇਨਸਾਨੀਅਤ ਨੂੰ, ਇਨਸਾਨ ਨੂੰ ਇਨਸਾਨੀਅਤ ਸਿਖਾਈ ਜਾਂਦੀ ਹੈ। ਸਾਡੇ ਗੁਰੂ ਜੀ ਨੇ ਸਾਨੂੰ ਉਹ ਜਜ਼ਬਾ ਦਿੱਤਾ, ਅਸੀਂ ਹਰ ਸਮੇਂ ਤਤਪਰ ਰਹਿਣੇ ਹਾਂ, ਜਿਸੇ ਬਲੱਡ ਦੇਣਾ, ਜਿਸੇ ਕੋਈ ਬਿਮਾਰ ਬੱਚਿਆਂ ਦਾ ਇਲਾਜ ਕਰਾਉਣਾ, ਗਰੀਬਾਂ ਦੀ ਮਦਦ ਕਰਨਾ, ਹਰ ਲਈ ਤਤਪਰ ਰਹਿੰਦੇ ਅਸੀਂ, ਸਾਨੂੰ ਇੱਥੇ ਬਹੁਤ ਆ ਕੇ ਖੁਸ਼ੀ ਮਿਲਦੀ ਹੈ। ਮੇਰੇ ਫਾਦਰ ਸਾਹਿਬ ਨੇ 72 ਦੇ ਵਿੱਚ ਨਾਮਦਾਨ ਪ੍ਰਾਪਤ ਕੀਤਾ ਸੀਗਾ ਪਰਮ ਪਿਤਾ ਸ਼ਾਹ ਸਤਨਾਮ ਜੀ ਤੋਂ, ਅਤੇ ਬੜੀ ਖੁਸ਼ੀ ਦੀ ਗੱਲ ਹੈ ਕਿ ਅਸੀਂ ਡੇਰੇ ਸੱਚੇ ਸੌਦੇ ਨਾਲ ਜੁੜੇ ਹਾਂਗੇ। ਸੰਜੀਵ ਜੀ, ਮੈਂ ਤੁਹਾਨੂੰ ਵਿੱਚ ਰੋਕਣਾ ਚਾਹੂੰਗਾ, ਤੁਸੀਂ ਜ਼ਿਕਰ ਕੀਤਾ 27 ਸਾਲਾਂ ਤੋਂ ਤੁਸੀਂ ਲਗਾਤਾਰ ਆ ਰਹੇ ਹੋ, ਲੋਕੀ ਚੀਜ਼ ਨੂੰ ਜੁੜ ਜਾਂਦੇ ਨੇ ਲੇਕਿਨ ਅਮਲ ਦੇ ਨਾਮ 'ਤੇ ਬਹੁਤ ਘੱਟ ਮਿਲਦੇ ਨੇ, ਤੁਸੀਂ ਇੱਥੇ ਆ ਕੇ ਜੁੜੇ, ਕੀ ਸਿੱਖਿਆ ਇੱਥੋਂ ਐਸਾ ਜਿਹਦਾ ਤੁਸੀਂ ਲਗਾਤਾਰ ਅਮਲ ਕਰ ਰਹੇ ਹੋ? ਮੈਂ ਤਾਂ ਜੀ ਬਹੁਤ ਕੁਛ ਸਿੱਖਿਆ ਗਾ, ਕਿਉਂਕਿ ਮੈਨੂੰ ਬਹੁਤ ਕੁਛ ਸਿੱਖਣ ਨੂੰ ਮਿਲੇਗਾ, ਅਤੇ ਜਦਕਿ ਮੇਰੀ ਕੁਆਲੀਫਿਕੇਸ਼ਨ ਵੀ ਕੋਈ ਜ਼ਿਆਦਾ ਨਹੀਂ ਹੈਗੀ, ਪਰ ਮੈਂ ਇੱਥੋਂ ਇੰਨਾ ਕੁਛ ਸਿੱਖ ਚੁੱਕਿਆ ਗਾ
ਕਿ ਜੋ ਚੀਜ਼ਾਂ ਮੈਂ ਸਿੱਖੀਆਂ ਨੇਗੀਆਂ, ਮੈਂ ਕਹਿਣਾ ਚਾਹੂੰਗਾ ਕਿ ਤੁਸੀਂ ਇੱਥੇ ਆ ਕੇ ਉਹ ਚੀਜ਼ਾਂ ਸਿੱਖੋ ਅਤੇ ਮਾਨਵਤਾ ਭਲਾਈ ਦੇ ਕੰਮਾਂ ਦੇ ਵਿੱਚ ਵੀ ਅੱਗੇ ਵੱਧ ਕੇ ਕੰਮ ਕਰੋ। ਮੈਨੂੰ ਖੁਦ ਨੂੰ ਮਤਲਬ 2006 ਦੇ ਵਿੱਚ ਡੇਰੇ ਸੱਚਾ ਸੌਦੇ ਨਾਲ ਜੁੜ ਕੇ ਬਲੱਡ ਸਮਿਤੀ ਦੀ ਸੇਵਾ ਕਰਨ ਦਾ ਜੋ ਚਾਰਜ ਮਿਲਿਆ ਸੀਗਾ ਤਾਂ ਮੈਂ ਉਹਨੂੰ ਵੀ ਵਧੀਆ ਤਰੀਕੇ ਨਾਲ ਨਿਭਾ ਰਿਹਾ ਸੀਗਾ ਅਤੇ ਨਿਭਾ ਰਿਹਾ ਹਾਂ। ਅਤੇ ਮੈਂ ਖੁਦ ਵੀ 3 times ਬਲੱਡ ਡੋਨੇਟ ਕਰ ਚੁੱਕਿਆ ਗਾ। ਅਤੇ ਸਾਡੇ ਮੇਰਾ ਪਿੰਡ ਜੋ ਮਾਨਸਾ ਦੇ ਨਾਲ ਹੀ ਆ, ਬਹੁਤ ਛੋਟਾ ਜਿਹਾ ਪਿੰਡ ਹੈ ਨਗਰ ਖੁਰਦ। ਕਿੰਨੀ ਵਾਰੀ ਬਲੱਡ ਡੋਨੇਟ ਕੀਤਾ ਤੁਸੀਂ? ਮੈਂ 63 times ਖੂਨਦਾਨ ਕਰ ਚੁੱਕਾ ਜੀ। 63 times ਖੂਨਦਾਨ ਕਰ ਚੁੱਕੇ ਹੋ ਜੀ। ਔਰ ਬਹੁਤ ਸਾਰੀ ਜੋ ਸਾਹ ਸੰਗਤ ਹੈਗੀ ਅਤੇ ਵਿਧਾਈਆਂ ਨੇ ਡਿਊਟੀ ਲਾਈ ਹੈਗੀ ਕਿ ਆਪਾਂ ਸੇਵਾ ਦੇ ਵਿੱਚ ਵੱਧ ਚੜ੍ਹ ਕੇ ਯੋਗਦਾਨ ਪਾਉਣਾ, ਤਾਂ ਉਹ ਵੀ ਬਹੁਤ ਵਧੀਆ ਤਰੀਕੇ ਨਾਲ ਸਤਿਗੁਰੂ ਕਰਵਾ ਰਿਹਾ ਹੈਗਾ। ਆਪਾਂ ਤਾਂ ਕਹੁਣਾ ਕਰਨ ਵਾਲੇ, ਉਹ ਬਾਲੀ ਦੋ ਜਹਾਨ ਹੈ, ਉਹ ਕਰਵਾ ਰਿਹਾ ਹੈਗਾ। देश और दुनिया की तमाम बड़ी खबरों से जुड़े रहने के लिए लाइक करें, सब्सक्राइब करें YouTube पर सच को हिंदी चैनल और बेल आइकन दबाकर पाएं लेटेस्ट अपडेट सबसे पहले।